हाँ जी, मैं पंजाब के लोगों का बहुत धन्यवादी हैं। बहुत सारा प्यार और दिता लोगों ने और पार्टी के विच विश्वास जताया और सानू बहुत वड्डी जीत प्राप्त हुई है। सब तो वड्डी पार्टी के रूप के विच कांग्रेस पार्टी उभर के आई है और कुछ सीटा साड़िया छोटे छोटे मार्जिन के नाल रह गई। आनंदपुर साहब जिन्हें चो एक है और अज मैं इतने अपने भरा मिलने वास्ते आया से विजेंद्र सिंगला जी। ਸੋ ਹੁਣ ਸਾਡਾ ਮੈਂ ਚੰਡੀਗੜ੍ਹ ਜਾ ਰਿਹਾ। ਰਵਨੀਤ ਬਿੱਟੂ ਦਾ ਬਿਆਨ ਆਇਆ, ਕਹਿੰਦੇ ਕਿ ਚਾਰ ਪੰਜ ਹਲਕੇ ਨੇ ਜਿਨ੍ਹਾਂ ਨੇ ਜਿਹੜਾ ਕਾਂਗਰਸ ਨੂੰ ਨਹੀਂ ਬਲਕਿ ਉਹ ਸ਼ਰਾਰਤੀ ਲੋਕਾਂ ਨੂੰ ਜਿਤਾਇਆ, ਜਿਹੜੇ ਸ਼ਰਾਰਤੀ ਲੋਕ ਸਾਨੂੰ ਪ੍ਰਚਾਰ ਨਹੀਂ ਕਰਨ ਦਿੰਦੇ ਸੀਗੇ, ਇਹਨਾਂ ਨੇ ਪ੍ਰਚਾਰ ਰੋਕਿਆ ਸੀ ਸਾਡਾ। ਦੇਖੋ ਬਿੱਟੂ ਜੀ ਕੀ ਕਹਿ ਰਹੇ ਨੇ ਕੀ ਨਹੀਂ ਕਹਿ ਰਹੇ, ਮੈਂ ਕੱਲ ਵੀ ਕਿਹਾ ਸੀ ਮੈਨੂੰ ਬਿੱਟੂ ਜੀ ਤੇ ਅਫਸੋਸ ਹੈ ਕਿ ਉਹ ਅੱਜ ਦੇਸ਼ ਦੀ ਪਾਰਲੀਮੈਂਟ 'ਚ ਨਹੀਂ ਜਾ ਸਕੇ। ਚੰਗਾ ਹੁੰਦਾ ਜੇ ਕਾਂਗਰਸ ਪਾਰਟੀ 'ਚ ਰਹਿੰਦੇ ਔਰ ਅੱਜ ਚੌਥੀ ਵਾਰੀ ਮੇਰਾ ਭਰਾ ਦੇਸ਼ ਦੀ ਵਿਧਾਨ ਲੋਕ ਸਭਾ ਦੇ ਵਿੱਚ ਹੋਣਾ ਸੀ। ਆਪਦੀਆਂ ਗਲਤੀਆਂ ਦਾ ਕਿਸੇ ਨੂੰ ਦੋਸ਼ ਦੇਣਾ ਕੋਈ ਬਹੁਤ ਹੀ ਚੰਗੀ ਗੱਲ। ਪਟਿਆਲਾ ਦੇ ਵਿੱਚ ਕਿਵੇਂ ਦੇਖਦੇ ਹੋ ਜੀ ਕਿ ਕਾਫੀ ਮਾਰਜਨ ਜਿਹੜਾ ਉਹ ਘਟ ਰਿਹਾ ਜਿੱਤ ਦਾ ਕੰਪੀਟੀਸ਼ਨ ਹੈ? ਚਲੋ ਜੀ, ਮਾਰਜਨ ਘੱਟ ਹੋਵੇ ਵੱਧ ਹੋਵੇ ਪਰ ਲੋਕਾਂ ਨੇ ਸਾਨੂੰ ਬਹੁਤ ਵੱਡੀ ਜਿੱਤ ਦਿੱਤੀ ਹੈ। ਲੋਕ ਇਹ ਮਹਿਸੂਸ ਕਰਦੇ ਕਿ ਕਾਂਗਰਸ ਪਾਰਟੀ ਇੱਕ ਵਿਕਲਪ ਹੈਗਾ ਦੇਸ਼ ਦੇ ਵਿੱਚ ਔਰ ਲੋਕ ਇਹ ਮਹਿਸੂਸ ਕਰਦੇ ਸੀ ਕਿ ਇਸ ਵਾਰੀ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਆਵੇ। ਠੀਕ ਹੈ, ਕਿਤੇ ਨਾ ਕਿਤੇ ਥੋੜੀਆਂ ਮੋਟੀਆਂ ਕਮੀਆਂ ਰਹੀਆਂ। ਤੁਸੀਂ ਦੇਖੋ ਅਯੋਧਿਆ ਦੇ ਵਿੱਚ ਜਾ ਕੇ ਅਯੋਧਿਆ ਦੇ ਵਿੱਚ ਵੀ ਕਾਂਗਰਸ ਪਾਰਟੀ ਜਿੱਤੀ। ਸੋ ਜਿਸ ਪ੍ਰਕਾਰ ਦੀ ਧਰਮ ਦੀ ਰਾਜਨੀਤੀ ਖੇਡੀ ਗਈ ਪੰਜਾਬ ਦੇ ਅੰਦਰ, ਇਹ ਪਹਿਲੀ ਵਾਰੀ ਹੋਇਆ ਦੇਸ਼ ਦੇ ਅੰਦਰ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀ। ਪਰ ਫਿਰ ਵੀ ਬਹੁਤ ਵੱਡਾ ਫਤਵਾ ਮੈਨੂੰ ਲੱਗਦਾ ਕਿ ਇੰਡੀਆ ਗਠਬੰਧਨ ਨੂੰ ਮਿਲਿਆ। ਮੈਨੂੰ ਇਸ ਗੱਲ ਦਾ ਬਹੁਤ ਮਾਣ ਮੈਂ ਕਰਦਾ ਹਾਂ ਕਿ ਲੋਕਾਂ ਨੇ ਸਾਡੇ ਤੇ ਫਿਰ ਦੁਬਾਰਾ ਵਿਸ਼ਵਾਸ ਜਤਾਇਆ। ਡਿਕਟੇਟਰਸ਼ਿਪ ਜਿਸ ਪ੍ਰਕਾਰ ਅੱਜ ਦੀ ਸਰਕਾਰ ਚਲਾਉਂਦੀ ਹੈ, ਮੇਰਾ ਖਿਆਲ ਇੰਟਰਨਲ ਜਿਹੜੀ ਬੀਜੇਪੀ ਹੈ ਉਹਦੇ ਵਿੱਚ ਵੀ ਇਹ ਕਾਫੀ ਹਲਚਲ ਹੈਗੀ ਹੈ ਕਿ ਜਿਸ ਤਰੀਕੇ ਨਾਲ ਕੇਵਲ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਔਰ ਦੇਸ਼ ਦੇ ਗ੍ਰਹਿ ਮੰਤਰੀ ਜੀ ਨੇ ਦੂਜੇ ਸਾਰਿਆਂ ਨੂੰ ਦਬਾਇਆ ਹੋਇਆ, ਮੈਨੂੰ ਲੱਗਦਾ ਕਿ ਸ਼ਾਇਦ ਜਿਹੜਾ NDA ਉਹ ਸਰਕਾਰ ਨਾ ਬਣਾ ਸਕੇ। ਤਾਂ ਮੈਂ ਨਹੀਂ ਕਹਿ ਰਿਹਾ ਕਿ ਮੈਨੂੰ ਲੱਗਦਾ ਕਿ ਇਹ ਤਾਂ ਸ਼ਰੇਆਮ ਤੁਹਾਡੇ ਸਾਹਮਣੇ ਇਹ ਜ਼ਿੰਦਾ ਜਾਗਦਾ ਸਬੂਤ ਲੋਕਾਂ ਨੇ ਦਿੱਤਾ ਕਿ ਅਸੀਂ ਹੁਣ ਵਿਕਲਪ ਚਾਹੁੰਦੇ ਔਰ ਵਿਕਲਪ ਦੇ ਰੂਪ ਦੇ ਵਿੱਚ ਸਾਡੇ ਕੋਲ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਹੈ। ਮੈਂ ਪਹਿਲਾਂ ਵੀ ਕਹਿੰਦਾ ਸੀ, ਨਾ ਮੈਂ 13-0 ਕਹਿੰਦਾ ਨਾ 0-13 ਕਹਿੰਦਾ, ਮੈਂ ਕਹਿੰਦਾ ਸੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉਭਰੇਗੀ ਔਰ ਉਭਰ ਕੇ ਆਈ ਹੈ। ਸੋ ਸੰਗਠਨ ਤੋਂ ਬਿਨਾਂ ਤਾਂ ਕੰਮ ਨਹੀਂ ਚੱਲਦਾ 100%। ਜੇ ਸੰਗਠਨ ਨਾਲ ਖੜਾ ਹੁੰਦਾ, ਅੱਜ ਵਰਕਰ ਜਿਹੜਾ ਉਹ ਚਾਰਜ ਹੋ ਗਿਆ ਪੂਰਾ, ਚਾਹੇ ਬੇਸ਼ੱਕ ਅਸੀਂ ਦੂਸਰੀਆਂ ਕਈ ਸੀਟਾਂ ਤੇ ਚੁਣਾਵ ਹਾਰ ਗਏ ਹਾਂ। ਤੁਸੀਂ ਦੇਖੋਗੇ ਜੇ ਅਨੰਦਪੁਰ ਸਾਹਿਬ ਦੀ ਗੱਲ ਕਰੋਗੇ ਤੇ ਸੰਗਰੂਰ ਤੋਂ ਜਾ ਕੇ ਅਨੰਦਪੁਰ ਸਾਹਿਬ ਲੜਨਾ ਔਰ ਕਿੱਥੇ ਪੁਰਾਣੇ ਸਾਰੇ ਚੁਣਾਵ ਲੜ ਰਹੇ ਸੀ 24 ਦਿਨਾਂ ਦੇ ਵਿੱਚ ਉਸੇ ਜਗ੍ਹਾ ਬਣਾਉਣੀ, 10,000 ਮਾਰਜਨ ਮਤਲਬ ਕਿ 5,000 ਵੋਟ ਅਗਰ ਇੱਧਰ ਡਿੱਗਦੀ ਤਾਂ ਕੋਈ ਦਿੱਕਤ ਹੀ ਨਹੀਂ ਹੋਣੀ ਸੀ। ਉਹ ਵੀ ਜਿਹੜੀਆਂ ਇੰਟਰਨਲ ਸਾਡੀਆਂ ਦਿੱਕਤਾਂ, ਇੰਟਰਨਲ ਪ੍ਰੋਬਲਮਸ, ਮੇਰੇ ਖਿਆਲ ਉਹਨਾਂ ਕਰਕੇ ਅਸੀਂ ਇੱਥੇ ਆਏ। ਲੇਕਿਨ ਬਹੁਤ ਸਾਰੇ ਜਗ੍ਹਾ ਤੇ ਸਾਨੂੰ ਹੋਰ ਵੀ ਲੋਕਾਂ ਨੇ ਵਿਕਲਪ ਦੇ ਰੂਪ ਦੇ ਵਿੱਚ ਵੇਖਿਆ ਔਰ ਬਹੁਤ ਸਾਰਾ ਪਿਆਰ। ਨਹੀਂ, ਜਿਹਨਾਂ ਲੋਕਾਂ ਨੇ ਪਾਰਟੀ ਦੀ ਪਿੱਠ 'ਚ ਛੁਰਾ ਖੋਬਿਆ ਉਹ ਤਾਂ ਲੋਕ, ਮੈਂ ਚਾਹੂੰਗਾ ਵੀ ਨਾਂ ਲੈ ਕੇ ਆਈਏ ਅਸੀਂ ਵਾਪਸ ਚੰਗੇ ਨਵੇਂ ਚਿਹਰੇ। ਹੁਣੇ ਮੈਂ ਤੇ ਸਿੰਗਲਾ ਸਾਹਿਬ ਅਸੀਂ ਡਿਸਕਸ ਕਰ ਰਹੇ ਸੀ ਕਿ ਨਵੇਂ ਚਿਹਰਿਆਂ ਨੂੰ ਸਾਨੂੰ ਬਹੁਤ ਸਾਰੀਆਂ ਸੀਟਾਂ ਤੇ ਮੌਕਾ ਦੇਣਾ ਚਾਹੀਦਾ ਹੈ। ਐਸੇ ਚਿਹਰੇ ਜਿਨ੍ਹਾਂ 'ਚ ਜਜ਼ਬਾ ਹੋਣਾ ਚਾਹੀਦਾ, ਜਿਨ੍ਹਾਂ ਦੇ ਕੋਈ ਦਾਗ ਨਹੀਂ ਹੋਣਾ ਚਾਹੀਦਾ, ਜਿਹੜੇ ਪੰਜਾਬ ਨੂੰ ਔਰ ਪੰਜਾਬ ਦੇ ਲੋਕਾਂ ਦੀ ਸੋਚ ਨੂੰ ਅੱਗੇ ਲੈ ਕੇ ਜਾ ਸਕਣ।
ਮੈਂ ਮੁਬਾਰਕਬਾਦ ਦਿੰਦਾ ਜੀ ਉਹਨਾਂ ਨੂੰ ਵੀ, ਕਿਉਂਕਿ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਜੋ ਵੀ ਚੀਜ਼ ਇਸ ਦੇਸ਼ ਦੇ ਵਿੱਚ ਹੁੰਦੀ ਹੈ ਕੰਸਟੀਟਿਊਸ਼ਨ ਜੀ ਨੂੰ ਅਲਾਓ ਕਰਦਾ। ਰਾਜਾ ਵੜਿੰਗ ਉਹਦੇ ਅੱਗੇ ਸਿਰ ਚੁਕਾ ਪਿਆਰ ਦਿੱਤਾ। ਅਨੰਦਪੁਰ ਸਾਹਿਬ ਦੀ ਸੰਗਤ ਨੇ 3 ਲੱਖ ਤੋਂ ਵੀ ਵੱਧ ਵੋਟ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਦਿੱਤੀ। ਥੋੜ੍ਹਾ ਜਿਹਾ ਫਰਕ ਰਹਿ ਗਿਆ, 5,000 ਵੋਟ ਅਗਰ ਇੱਧਰ ਹੋਰ ਪੈ ਜਾਂਦੀ ਤਾਂ ਪਰਮਾਤਮਾ ਕਿਰਪਾ ਕਰਦਾ, ਪਰ ਸੇਵਾ ਕਰਨੀ ਹੈ ਪਾਰਟੀ ਦੀ, ਲੋਕਾਂ ਦੀ। ਉੱਥੇ ਵੀ ਇਹ ਕਿਹਾ ਸੀ, ਅੱਜ ਵੀ ਇਹ ਕਹਿਣਾ ਚਾਹੁੰਦਾ, ਹਮੇਸ਼ਾ ਪਾਰਟੀ ਦਾ ਵਫ਼ਾਦਾਰ ਸਮਾਈ ਬਣ ਕੇ ਹਮੇਸ਼ਾ ਕੰਮ ਕੀਤਾ, ਆਉਣ ਵਾਲੇ ਸਮੇਂ 'ਚ ਵੀ ਉਸੇ ਤਰੀਕੇ ਨਾਲ ਕੀਤਾ। ਔਰ ਬਹੁਤ ਵੱਡਾ ਧੰਨਵਾਦ ਹੈ ਸਾਰੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੇ ਵੋਟਰਾਂ ਦਾ, ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਔਰ ਇੰਨੀ ਵੱਡੀ ਲੜਾਈ ਮੇਰੀ ਲੜ ਕੇ ਕੈਂਪੇਨ ਬਿਲਡ ਕਰਕੇ 20-25 ਦਿਨਾਂ 'ਚ ਇੰਨੇ ਬੜੇ ਇਲਾਕੇ 'ਚ ਮੈਨੂੰ ਲੈ ਕੇ ਗਏ। ਮੈਂ ਉਹਨਾਂ ਸਾਰੇ ਇਲਾਕੇ ਦੇ ਲੋਕਾਂ ਕੋਲ ਆਉਣ ਵਾਲੇ ਦਿਨਾਂ 'ਚ ਜਾ ਕੇ ਵੀ ਆਊਂਗਾ, ਕਿਉਂਕਿ ਉਹਨਾਂ ਨੇ ਮੇਰੇ ਵਾਸਤੇ ਅਤੇ ਪਾਰਟੀ ਵਾਸਤੇ ਮਜ਼ਬੂਤੀ ਨਾਲ ਕੰਮ ਕੀਤਾ। ਅੱਜ ਵੜਿੰਗ ਸਾਹਿਬ ਤੁਹਾਡੇ ਕੋਲ ਆਏ ਨੇ, ਕੀ ਗੱਲਬਾਤ ਹੋਈ ਹੈ ਜੀ? ਰਾਜਾ ਜੀ ਇੱਕ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਹੈ, ਅਤੇ ਅੱਜ ਉਹਨਾਂ ਨੇ ਮੇਰੇ ਕੋਲ ਆ ਕੇ, ਕਿਉਂਕਿ ਹਰ ਬੰਦੇ ਦੇ ਮਨ 'ਚ ਹੁੰਦਾ ਕਿ ਜਿਹੜੀ ਗੇਮ ਇੰਨੀ ਵਧੀਆ ਤਰੀਕੇ ਨਾਲ ਚੱਲੀ ਹੋਵੇ, ਅਤੇ ਬਤੌਰ ਪਾਰਟੀ ਪ੍ਰਧਾਨ ਉਹਨਾਂ ਦੇ ਮਨ 'ਚ ਸੀ ਕਿ ਮੈਂ ਆਪਣੇ ਭਰਾ ਕੋਲ ਜਾ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਹੌਸਲਾ ਦੇ ਕੇ ਆਵਾਂ। ਸੋ ਮੈਨੂੰ ਬੜਾ ਚੰਗਾ ਲੱਗਿਆ ਔਰ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਔਰ ਬੜੀ ਮਜ਼ਬੂਤੀ ਮਹਿਸੂਸ ਹੋਈ ਕਿ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਪਾਰਟੀ ਨੇ ਇੰਨੀ ਵਧੀਆ ਕੈਂਪੇਨ ਲੜੀ ਚਲਾਈ ਸੀ, ਪਾਰਟੀ ਚਲਾਈ, ਅਤੇ ਉਹਦੇ ਵਿੱਚ ਅੱਜ ਆ ਕੇ ਮੇਰੀ ਆ ਛੋਟੀ ਜਿਹੀ ਵੋਟਾਂ ਘਟਣ ਕਰਕੇ ਜਿਹੜੀ ਕਮੀ ਰਹੀ ਹੈ ਉਹਦੇ ਵਾਸਤੇ ਮੇਰੇ ਪਾਰਟੀ ਦੇ ਪ੍ਰਧਾਨ ਮੇਰੇ ਨਾਲ ਖੜ੍ਹੇ ਹੈ। ਮੈਨੂੰ ਬੜਾ ਤੁਹਾਡਾ ਕਿਤੇ ਨਾ ਕਿਤੇ ਗੜ ਸੀ ਸੰਗਰੂਰ, ਅਨੰਦਪੁਰ ਸਾਹਿਬ ਹੁਣ ਰਹੂਗਾ ਕਿ ਤੁਸੀਂ ਚੋਣ ਲੜੇ, ਇੰਨੀਆਂ ਵੋਟਾਂ ਲੋਕਾਂ ਦੀਆਂ ਪਈਆਂ, ਕਿ ਹੁਣ ਐਕਟਿਵ ਰਹੋਗੇ ਸੰਗਰੂਰ ਦੇ ਵਿੱਚ ਕਿ ਨਹੀਂ? ਨਹੀਂ ਬਿਲਕੁਲ, ਮੈਂ ਪੂਰੇ ਪੰਜਾਬ 'ਚ ਐਕਟਿਵ ਹੈ ਔਰ ਪੂਰੇ ਪੰਜਾਬ 'ਚ ਜਿੱਥੇ ਵੀ ਪਾਰਟੀ ਦਾ ਕੰਮ ਹੁੰਦਾ ਮੈਂ ਪਹਿਲਾਂ ਵੀ ਹਰ ਜਗ੍ਹਾ 'ਤੇ ਕੀਤਾ। ਔਰ ਜੇ ਇਸ ਵਾਰ ਪਾਰਟੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਲੋਕ ਸਭਾ ਦੀ ਚੋਣ ਲੜਨ ਲਈ ਭੇਜਿਆ ਸੀ, ਉੱਥੇ ਦੇ ਲੋਕਾਂ ਦਾ ਮੈਂ ਪਹਿਲਾਂ ਕਿਹਾ ਧੰਨਵਾਦ ਵੀ ਕੀਤਾ, ਉਹਨਾਂ ਨੇ ਇੰਨੀ ਵੋਟਾਂ ਦਿੱਤੀਆਂ, ਇੰਨਾ ਕੰਮ ਕੀਤਾ ਮੇਰੇ ਵਾਸਤੇ, ਇਕੱਲੇ ਵਰਕਰ ਨੇ, ਸਰਪੰਚ ਸਾਹਿਬਾਨਾਂ ਨੇ, ਮੈਂਬਰ ਸਾਹਿਬਾਨਾਂ ਨੇ, ਔਰ ਆਉਣ ਵਾਲੇ ਦਿਨਾਂ 'ਚ ਮੈਂ ਉਹਨਾਂ ਕੋਲ ਜਾ ਕੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਵੀ ਉਹਨਾਂ ਨਾਲ ਮੁਲਾਕਾਤ ਕਰੂੰਗਾ ਔਰ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਉਹਨਾਂ ਨੂੰ ਹੱਲ ਕਰਨ ਵਾਸਤੇ ਵੀ ਮੈਂ ਹਰ ਜਗ੍ਹਾ 'ਤੇ ਆਵਾਜ਼ ਚੱਕੂੰਗਾ। ਜਿੱਥੇ ਜਿੱਥੇ ਪਾਰਟੀ ਮੇਰੀ ਜ਼ਿੰਮੇਵਾਰੀ ਲਾਉਂਦੀ ਹੈ ਪੂਰੇ ਹਿੰਦੁਸਤਾਨ 'ਚ ਮੈਂ ਹਰ ਜਗ੍ਹਾ 'ਤੇ ਕੰਮ ਕਰਦਾ, ਔਰ ਜੇ ਪੰਜਾਬ 'ਚ ਵੀ ਕਿਤੇ ਲੱਗਦੀ ਉੱਥੇ ਹਮੇਸ਼ਾ ਕੰਮ ਕਰਦਾ। ਸੰਗਰੂਰ ਨੇ ਇੰਨਾ ਵੱਡਾ ਪਿਆਰ ਦਿੱਤਾ ਸੀ ਅਤੇ ਸੰਗਰੂਰ ਦੇ ਇਲਾਕੇ ਦੇ ਲੋਕਾਂ ਨਾਲ ਤਾਂ ਮੇਰੀ ਦਿਲ ਦੀ ਸਾਂਝ ਜੁੜੀ ਹੋਈ ਹੈ, ਉਹਦੇ 'ਚ ਤਾਂ ਕੋਈ ਨਾ ਮੇਰਾ